हाँ जी, सत श्री अकाल जी सारे नूं। आई होप तुसीं सारे ठीक ठाक होवोंगे। आपां पिछले वीडियो विच गल्लां काफ़ी कीतियां टारगेट नूं अचीव करन वास्ते, सैट किद्दां करना, ना किहड़ी चीज़ विच तुसीं चूज़ करनी है, किद्दां चूज़ करनी है, ना ते किहड़ियां किहड़ियां चीज़ां तों बचना वी है जिहड़ियां तुहानूं तुहाडे टारगेट नूं अचीव करन दे विच अड़िक्कां पाउणगियां, ना अड़िक्कां पाउणगियां, उहनां तों वी किद्दां बचना, उहदे बारे वी आपां गल्लां कीतियां। ते अज आप जिहड़ा कंसैप्ट करांगे डिस्कस काफ़ी इंपोर्टेंट आ, ठीक है। सारयां नूं एंजल ते डेविल का कंसैप्ट पता ही होगा ना, एंजल ते डेविल का कंसैप्ट। अपने नाल एक कहिंदे एंजल भी हुंदा, अपने नाल एक डेविल भी हुंदा, अपने नाल एक शैतान भी हुंदा आ ते अपने नाल एक फरिश्ता भी हुंदा। हुणे कार्टून दे विच भी आउंदा हुंदा ना, जो आपां कार्टून भी देखे छोटे हुंदे दी गल करदे आ, तां उह जां देखदे आ कि एक जिहड़ा ना फरिश्ता हुंदा उहदे नाल ਉਹ ਤੋਂ ਚੰਗੇ ਕੰਮ ਕਰਾਉਂਦਾ ਆ, ਅਤੇ ਜਿਹੜਾ ਹੁੰਦਾ ਆ ਸ਼ੈਤਾਨ ਜਿਹੜਾ ਡੇਵਿਲ ਹੁੰਦਾ, ਠੀਕ ਆ, ਉਹ ਉਹਨੂੰ ਉਹ ਵਾਲੇ ਕੰਮਾਂ ਵਿੱਚ ਲਾਈ ਰੱਖਦਾ ਜਿਹੜੇ ਕਿ ਉਹਦੇ ਵਾਸਤੇ ਸਹੀ ਨਹੀਂ ਹੁੰਦੇ, ਹੈ ਨਾ। ਅਤੇ ਜੇ ਅਗਰ ਆਪਾਂ ਇਹਨੂੰ ਆਪਣੇ ਟਾਰਗੇਟ ਦੇ ਨਾਲ ਜਿਹੜਾ ਹੈ ਨਾ ਲਿੰਕ ਕਰਦੇ ਹਾਂ, ਚਲੋ ਕਿ ਪਾੜਾ ਏਂਜਲ ਅਤੇ ਜਿਹੜਾ ਡੇਵਿਲ ਦਾ ਕੰਸੈਪਟ ਆ ਆਪਣੇ ਟਾਰਗੇਟ ਵਿੱਚ ਕਿੱਦਾਂ ਕੰਮ ਕਰਦਾ ਆ, ਸਾਰਿਆਂ ਦੇ ਟਾਰਗੇਟ ਵਿੱਚ ਇਹ ਅੜਿੱਕਾ ਪਾਉਂਦਾ ਅਤੇ ਸਹੂਲਤਾਂ ਵੀ ਦਿੰਦਾ ਜਿਹੜਾ ਕੰਸੈਪਟ ਆ, ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ, ਠੀਕ ਹੈ। ਇਹਨੂੰ ਅਗਰ ਸਮਝੋਗੇ ਤੁਸੀਂ, ਜਿਹੜਾ ਕੰਮ ਤੁਸੀਂ 2 ਸਾਲ 'ਚ ਜਾਂ 6 ਮਹੀਨੇ ਵਿੱਚ ਜਾਂ ਫਿਰ ਜਿਹੜਾ ਤੁਸੀਂ ਕੰਮ 10 ਸਾਲਾਂ ਵਿੱਚ ਕਰਨਾ ਨਾ, ਅੱਧੇ ਟਾਈਮ ਦੇ ਵਿੱਚ ਹੀ ਤੁਹਾਡਾ ਕੰਮ ਹੋ ਜਾਊਗਾ ਜੇ ਤੁਸੀਂ ਡੇਬਲ ਅਤੇ ਇੰਜਲ ਵਾਲਾ ਕੰਸੈਪਟ ਸਮਝ ਗਏ। ਹੁਣ ਆਪਾਂ ਨੂੰ ਇਹ ਤਾਂ ਸਾਰਾ ਪਤਾ ਲੱਗ ਗਿਆ ਨਾ, ਜਿਹੜਾ ਡੇਬਲ ਆ ਉਹ ਜਿਹੜਾ ਆ ਜਿਹੜੀਆਂ ਰੋਂਗ ਆ ਕੰਮ, ਹੈ ਨਾ, ਜਿਹੜਾ ਜਿਹੜੇ ਅਨਪ੍ਰੋਡਕਟਿਵ ਵਰਕਸ ਆ ਨਾ ਉਹਦੇ ਵਿੱਚ ਲਗਾਈ ਰੱਖਦਾ ਆਪਾਂ ਨੂੰ, ਅਤੇ ਜਿਹੜਾ ਹੈਗਾ ਆ ਇੰਜਲ ਉਹ ਆਪਾਂ ਨੂੰ ਜਿਹੜੇ ਪ੍ਰੋਡਕਟਿਵ ਕੰਮ ਹੈ ਨਾ ਉਹਨਾਂ 'ਚ ਲਗਾਈ ਰੱਖਦਾ। ਥੋੜ੍ਹਾ ਹੋਰ ਇਹਨੂੰ ਡੀਪਲੀ ਵਿੱਚ ਸਮਝਦੇ ਹਾਂ। ਕੋਈ ਟਾਰਗੇਟ ਹੈ, ਮੰਨ ਲਓ ਤੁਹਾਡਾ, ਤੁਸੀਂ ਉਸ ਟਾਰਗੇਟ ਨੂੰ ਅਚੀਵ ਕਰਨਾ, ਠੀਕ ਹੈ, ਅਤੇ ਜਿਹੜਾ ਤਾਂ ਹੋਊਗਾ ਨਾ ਡੇਵਿਲ, ਡੇਵਿਲ ਨੇ ਕਹਿਣਾ ਚੱਲ ਛੱਡ ਯਾਰ, ਫੇ ਕਰ ਲਾਂਗੇ, ਰੋਕੇ ਕਰ ਲੈਂਦੇ ਹਾਂ, ਪਹਿਲਾਂ ਆਪਣੀ ਜਿਹੜੀ ਸੋਸ਼ਲ ਮੀਡੀਆ ਨਾ ਇਹਨੂੰ ਆਪਾਂ ਦੇਖ ਲਈਏ ਕੀ ਚੱਲਦਾ ਪਿਆ, ਯੂਟਿਊਬ 'ਤੇ ਕੀ ਚੱਲਦਾ ਪਿਆ, ਵਟਸਐਪ 'ਤੇ ਕੀ ਇੱਧਰ ਚੱਲਦਾ ਪਿਆ, ਕੀ ਉੱਧਰ ਚੱਲਦਾ ਪਿਆ, ਹੈ ਨਾ, ਸਾਰੇ ਪਾਸੇ ਦੇਖ ਲੈਂਦੇ ਹਾਂ। ਅਤੇ ਜਿਹੜਾ ਡੇਵਿਲ ਹੈ ਨਾ ਇਹ ਤੁਹਾਨੂੰ ਜਿਹੜਾ ਹੈ ਨਾ ਰੋਂਗ ਪਰਸਪੈਕਟਿਵ ਦਿੰਦਾ, ਗਲਤ ਪਰਸਪੈਕਟਿਵ ਦਿੰਦਾ। ਕਈ ਪਰਸਨ ਇੱਦਾਂ ਸੋਚਦੇ ਕਿ ਸ਼ਾਇਦ ਜੇ ਮੈਨੂੰ ਸਾਰੀਆਂ ਚੀਜ਼ਾਂ ਪਤਾ ਹੋਊਗਾ ਨਾ ਤਾਂ ਮੈਨੂੰ ਕਾਫੀ ਨੌਲੇਜ ਹੋਊਗੀ ਇਹਨਾਂ ਦੀ ਚੀਜ਼ਾਂ ਦੀ, ਅਤੇ ਨੌਲੇਜ ਲੈਣੀ ਬਹੁਤ ਇੰਪੋਰਟੈਂਟ ਆ, ਉਹ ਇਸ ਪਰਸਪੈਕਟਿਵ ਨਾਲ ਦੇਖੂਗਾ। ਜਾਂ ਫਿਰ ਕਈ ਪਰਸਨ ਆ ਸਿਰਫ ਅਤੇ ਸਿਰਫ ਜਿਹੜਾ ਹੈ ਨਾ ਟਾਈਮ ਪਾਸ ਵਾਸਤੇ ਉਹ ਦੇਖਦੇ ਆ, ਅਤੇ ਜਿਹੜਾ ਕਿ ਨਾ ਚਾਹੁੰਦੇ ਹੋਇਆਂ ਵੀ ਨਾ ਉਹਨਾਂ ਨੂੰ ਆਪਣੇ ਟਾਰਗੇਟ ਤੋਂ ਕਾਫੀ ਦੂਰ ਲੈ ਜਾਂਦੀਆਂ ਵਾਲੀਆਂ ਚੀਜ਼ਾਂ ਜਿਹੜੀਆਂ। ਜੇ ਤੁਸੀਂ ਇੱਕ ਦਿਨ ਜਿਹੜਾ ਵੀ ਕੋਈ ਤੁਹਾਡਾ ਕੰਮ ਹੈ ਉਹਦੇ ਰਿਲੇਟਡ ਤੁਸੀਂ ਕੋਈ ਵੀ ਇੱਕ ਸਟੈਪ ਨਹੀਂ ਲਿਆ ਨਾ, ਤਾਂ ਮੀਨਸ ਤੁਸੀਂ ਡੇਵਿਲ ਦੇ ਕਬਜ਼ੇ ਵਿੱਚ ਰਹੇ, ਤੁਸੀਂ ਡੇਵਿਲ ਦੇ ਕਬਜ਼ੇ ਵਿੱਚ ਆ। ਅਗਰ ਤੁਸੀਂ ਜਿਹੜਾ ਇੰਪੋਰਟੈਂਟ ਵਰਕ ਆ ਉਹਨੂੰ ਤੁਸੀਂ ਛੱਡ ਰਹੇ ਆ ਅਤੇ ਹੋਰ ਕੰਮਾਂ ਕਾਰਾਂ 'ਚ ਲੱਗੇ ਹੋਏ ਆ, ਫੋਰ ਐਗਜ਼ਾਮਪਲ ਆਪਾਂ ਸਟੂਡੈਂਟ ਦੀ ਗੱਲ ਕਰਦੇ ਹਾਂ ਨਾ, ਸਟੂਡੈਂਟ ਨੂੰ ਜਦੋਂ ਨਹੀਂ ਕੰਮ ਕੀਤਾ ਹੁੰਦਾ ਉਹਨਾਂ ਨੇ, ਸਭ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਜੀ ਸਾਨੂੰ ਚੇਤਾ ਭੁੱਲ ਗਿਆ ਨਾ ਹੋਮਵਰਕ ਕਰਨ ਦਾ। ਇਹਦਾ ਮਤਲਬ ਕੀ ਆ ਕਿ ਉਹ ਡੇਵਿਲ ਨੇ ਜਕੜੇ ਹੋਏ ਆ, ਉਹ ਡੇਵਿਲ ਦੇ ਕਬਜ਼ੇ ਵਿੱਚ ਆ ਗਏ। ਡੇਵਿਲ ਕਹਿੰਦਾ ਚੱਲ ਛੱਡ ਯਾਰ, ਕੋਈ ਗੱਲ ਨਹੀਂ, ਬਹਾਨਾ ਲਾ ਦੇਵਾਂਗੇ ਕੋਈ ਨਾ ਕੋਈ। ਉਹ ਡੇਵਿਲ ਨੇ ਜਕੜੇ ਹੋਏ ਆ, ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਐਕਚੁਲੀ, ਠੀਕ ਆ। ਅਤੇ ਦੂਸਰਾ ਕਾਰਨ ਹੋ ਜਾਂਦਾ ਹੈ ਕਿ ਜੀ ਯਾਦ ਸੀ ਪਰ ਮੰਨ ਜਾ ਨਹੀਂ ਕੀਤਾ। ਉਹ ਮੰਨ ਜਾ ਕਿਉਂ ਨਹੀਂ ਕੀਤਾ? ਕਿਉਂਕਿ ਡੇਵਿਲ ਭਾਰੀ ਹੋਇਆ ਸੀ ਉਹਨਾਂ ਦੇ ਉੱਤੇ, ਠੀਕ ਆ। ਡੇਵਿਲ ਨੇ ਕਰਨ ਨਹੀਂ ਦਿੱਤਾ ਕੰਮ ਉਹਨਾਂ ਨੂੰ, ਜਿਹੜਾ ਸ਼ੈਤਾਨ ਹੈ ਆਪਣੇ ਅੰਦਰ ਉਹਨੇ ਉਸ ਕੰਮ ਨੂੰ ਕਰਨ ਤੋਂ ਰੋਕੀ ਰੱਖਿਆ ਉਸ ਬੰਦੇ ਨੂੰ, ਠੀਕ ਆ। ਅਤੇ ਇੱਦਾਂ ਦੇ ਬਹੁਤ ਸਾਰੇ ਜਿਹੜੇ ਰੀਜ਼ਨ ਆ ਨਾ, ਜਿਹੜੇ ਤੁਹਾਡੇ ਬਹਾਨੇ ਆ ਨਾ, ਬੇਸਿਕਲੀ ਬਹਾਨੇ ਤੁਸੀਂ ਨਹੀਂ ਬਣਾ ਰਹੇ, ਜਿਹੜਾ ਤੁਹਾਡੇ ਅੰਦਰ ਸ਼ੈਤਾਨ ਬੈਠਾ ਨਾ ਉਹ ਬਹਾਨੇ ਬਣਾ ਰਿਹਾ ਇਹ, ਕਿ ਮੈਂ ਇੱਦਾਂ ਸੀ ਜੀ, ਮੈਂ ਉੱਦਾਂ ਸੀ ਜੀ, ਮੈਨੂੰ ਕਿਤੇ ਜਾਣਾ ਪੈ ਗਿਆ ਜੀ, ਰਿਸ਼ਤੇਦਾਰ ਆ ਗਿਆ ਜੀ, ਮੇਰੇ ਕੋਲ ਨੈੱਟ ਹੈ ਨਹੀਂ ਸੀਗਾ ਜੀ, ਨੈੱਟ ਖਤਮ ਹੋ ਗਿਆ ਸੀਗਾ। ਇਹ ਸਭ ਬਹਾਨੇ ਆ ਜਿਹੜਾ ਕਿ ਤੁਹਾਡੇ ਤੋਂ, ਤੁਹਾਡੇ ਅੰਦਰ ਬੈਠਾ ਸ਼ੈਤਾਨ ਹੈ ਨਾ, ਡੇਵਿਲ ਹੈ ਨਾ, ਉਹ ਬਣਵਾਉਂਦਾ ਪਿਆ ਤੁਹਾਡੇ ਤੋਂ ਇਹ ਸਾਰੇ ਜਿਹੜੇ ਬਹਾਨੇ ਆ। ਸਾਰੇ ਬਹਾਨੇ ਕਿਉਂ ਆ? ਕਿ ਤੁਸੀਂ ਜਿਹੜਾ ਹੈ ਨਾ ਆਪਣਾ ਕੰਮ ਨਾ ਕਰੋ ਪਰ ਤੁਸੀਂ ਇੰਜੋਏ ਵਿੱਚ ਰਹੋ, ਇੰਜੋਏ ਦੇ ਵਿੱਚ। ਉਹ ਜਿਹੜਾ ਇੰਜੋਏਮੈਂਟ ਹੈ ਨਾ ਉਹ ਹੀ ਤੁਹਾਨੂੰ ਪਿੱਛੇ ਨੂੰ ਡਰੈਗ ਕਰਦਾ ਆ ਰਿਹਾ, ਅਤੇ ਕਿੰਨਾ ਹੀ ਟਾਈਮ ਹੋ ਗਿਆ ਕਿ ਤੁਸੀਂ ਜਿਹੜਾ ਆਪਣਾ ਟਾਰਗੇਟ ਹੈ ਉਹਨੂੰ ਅਚੀਵ ਹੀ ਨਹੀਂ ਕਰ ਪਾਏ। ਉਹ ਇਸੇ ਕਰਕੇ ਕਿ ਤੁਸੀਂ ਡੇਵਿਲ ਦੇ ਕਬਜ਼ੇ ਵਿੱਚ ਸੀ, ਇਸ ਨੂੰ ਮੰਨਣਾ ਬਹੁਤ ਜ਼ਰੂਰੀ ਆ।
ਤੁਸੀਂ ਸ਼ੈਤਾਨ ਦੇ ਕਬਜ਼ੇ ਵਿੱਚ ਸੀਗੇ। ਹੋਰ ਸ਼ੈਤਾਨ ਅਤੇ ਦੇਵਤਾ ਕੋਈ ਹੋਰ ਨਹੀਂ ਹੈਗਾ, ਉਹ ਤੁਹਾਡੇ ਅੰਦਰ ਹੀ ਆ। ਸ਼ੈਤਾਨ ਉਹ ਚੀਜ਼ ਆ ਜਿਹੜੀ ਤੁਹਾਨੂੰ ਚੰਗੀ ਚੀਜ਼ ਕਰਨ ਤੋਂ ਰੋਕਦੀ ਆ। ਚੰਗੀ ਚੀਜ਼ ਇੱਦਾਂ ਨਹੀਂ ਕਿ ਤੁਸੀਂ ਦਾਨ ਪੁੰਨ ਕਰਨ ਤੋਂ ਰੋਕਦੇ, ਚੰਗੀ ਚੀਜ਼ ਉਹ ਜਿਹੜਾ ਤੁਹਾਡਾ ਕੋਈ ਟਾਰਗੇਟ ਆ ਉਹਨੂੰ ਅਚੀਵ ਕਰਨ ਤੋਂ ਜਿਹੜੀ ਤੁਹਾਨੂੰ ਕੋਈ ਚੀਜ਼ ਰੋਕਦੀ ਪਈ ਆ ਉਹ ਸ਼ੈਤਾਨ ਆ। ਤੁਸੀਂ ਤੁਹਾਡੇ ਆਪਣੇ ਅੰਦਰ ਹੀ ਆ ਐਕਚੁਅਲੀ, ਉਹ ਤੁਹਾਡੇ ਅੰਦਰ ਹੀ ਆ। ਕੋਈ ਤੁਹਾਨੂੰ ਮੰਨ ਲਓ ਟਾਸਕ ਆ, ਤੁਸੀਂ ਕਹਿੰਦੇ ਮੈਂ ਆਹ ਵਾਲਾ ਅੱਜ ਕੰਮ ਕਰਨਾ, ਤੁਸੀਂ ਕਹਿੰਦੇ ਨਹੀਂ ਯਾਰ ਮੈਂ ਰੁਕ ਕੇ ਕਰਦਾ, ਥੋੜ੍ਹਾ ਜਿਹਾ ਨਾ ਅਟਕ ਕੇ ਕਰਦਾ, ਪ੍ਰੋਕਰੈਸਟੀਨੇਟ ਕਰਦੇ ਹੋ ਤੁਸੀਂ, ਉਹ ਵੀ ਡੇਵਲ ਦੀ ਹੀ ਨਿਸ਼ਾਨੀ ਹੈ। ਪ੍ਰੋਕਰੈਸਟੀਨੇਟ ਯਾਰ ਕੋਈ ਗੱਲ ਨਹੀਂ ਕਰਦਾਂਗੇ, ਚੱਲ ਕੋਈ ਨਹੀਂ ਕਰਦਾਂਗੇ, ਰੁਕ ਜਾਓ, ਇਹ ਵੀ ਕਿਹਦੀ ਨਿਸ਼ਾਨੀ ਆ, ਡੇਵਲ ਦੀ ਨਿਸ਼ਾਨੀ ਆ। ਉਸ ਤੋਂ ਉਲਟ ਗੱਲ ਕਰਦੇ ਹਾਂ, ਏਂਜਲ ਦੀ ਨਿਸ਼ਾਨੀ ਕੀ ਹੁੰਦੀ ਆ? ਏਂਜਲ ਕਹਿੰਦਾ ਹੈ ਕਿ ਯਾਰ ਇੰਟਰਟੇਨਮੈਂਟ ਅਤੇ ਰੈਸਟ ਬਾਅਦ ਵਿੱਚੋਂ, ਇੰਟਰਟੇਨਮੈਂਟ ਅਤੇ ਰੈਸਟ ਬਾਅਦ ਵਿੱਚੋਂ, ਪਹਿਲਾਂ ਜਿਹੜਾ ਕੰਮ ਆਪਣਾ ਇੰਪੋਰਟੈਂਟ ਹੈ ਨਾ ਟਾਰਗੇਟ ਵਾਸਤੇ, ਪਹਿਲਾਂ ਕੰਮ ਉਹ ਕਰਨਾ ਆਪਾਂ, ਪਹਿਲਾਂ ਕੰਮ ਜਿਹੜਾ ਟਾਰਗੇਟ ਲਈ ਇੰਪੋਰਟੈਂਟ ਹੈ ਨਾ ਉਹ ਕਰਨਾ। ਜਦ ਉਹਨਾਂ ਨੂੰ ਫੋਰ ਐਗਜ਼ਾਮਪਲ, ਮੈਂ ਆਪਣੇ ਸਟੂਡੈਂਟਸ ਦੀ ਐਗਜ਼ਾਮਪਲ ਦਿੰਦਾ ਅਤੇ ਉਹਨਾਂ ਨੂੰ ਵੀ ਇਹੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਦੋਂ ਤੁਹਾਨੂੰ ਹੋਮਵਰਕ ਮਿਲਦਾ ਹੈ ਨਾ, ਤੁਹਾਡਾ ਪਹਿਲਾ ਜਿਹੜਾ ਕੰਮ ਹੈ ਨਾ ਜਿਹੜਾ ਏਂਜਲ ਦੇ ਤੁਹਾਡੇ ਪਹਿਲੇ ਹੀ ਆ ਗਿਆ ਨਾ ਮੋਰੇ, ਉਹ ਇਹ ਆ ਕਿ ਤੁਹਾਡਾ ਜਿਹੜਾ ਹੋਮਵਰਕ ਹੈ ਨਾ ਤੁਹਾਨੂੰ ਉਹ ਯਾਦ ਰਹਿਣਾ ਚਾਹੀਦਾ ਕਿ ਆਹ ਮੈਂ ਹੋਮਵਰਕ ਕਰਨਾ ਆ। ਠੀਕ ਆ, ਪਹਿਲਾਂ ਇਹੀ ਏਂਜਲ ਦੀ ਨਿਸ਼ਾਨੀ ਹੈ ਕਿ ਹੋਮਵਰਕ ਚੇਤੇ ਰਹੂਗਾ। ਠੀਕ ਆ, ਫਿਰ ਦੂਜੀ ਆ ਜਾਂਦੀ ਹੈ ਘਰ ਜਾ ਕੇ ਟਾਈਮ ਵੇਸਟ ਨਹੀਂ ਕਰਨਾ, ਸਭ ਤੋਂ ਪਹਿਲਾਂ ਕੰਮ ਤੁਹਾਡਾ ਹੋਮਵਰਕ ਹੀ ਆ, ਪਹਿਲਾਂ ਉਹ ਸਾਰਾ ਕੰਮ ਕਰਨਾ। ਠੀਕ ਆ, ਜਿਹਦੇ ਨਾਲ ਕੀ ਹੋਊਗਾ ਕਿ ਤੁਸੀਂ ਕੰਮ ਕਰਕੇ ਜਦੋਂ ਫ੍ਰੀ ਹੋ ਜੂਗੇ ਨਾ, ਫਿਰ ਤੁਹਾਨੂੰ ਵੱਖਰੀ ਇੱਕ ਤਰ੍ਹਾਂ ਦੀ ਖੁਸ਼ੀ ਮਿਲਣੀ ਅਤੇ ਤੁਸੀਂ ਆਪਣੇ ਟਾਰਗੇਟ ਵੱਲ ਇੱਕ ਸਟੈਪ ਹੋਰ ਅੱਗੇ ਵੱਧ ਜਾਓਗੇ। ਹੁਣ ਡੇਲੀ ਅਗਰ ਉਹੀ ਸਟੈਪ ਚੱਲਦੇ ਰਹਿਣ ਤੁਹਾਡੇ, ਉਹੀ ਡੇਲੀ ਤੁਸੀਂ ਆਪਣਾ ਹੋਮਵਰਕ ਕਰੋ, ਡੇਲੀ ਤੁਸੀਂ ਏਂਜਲ ਦੀ ਸੁਣੋ, ਡੇਲੀ ਤੁਸੀਂ ਏਂਜਲ ਦੀ ਸੁਣੋ, ਜਿਹੜੀ ਚੀਜ਼ ਇੰਪੋਰਟੈਂਟ ਹੈ ਨਾ ਪਹਿਲਾਂ ਉਹ ਕਰੋ। ਰੈਸਟ, ਸੋਸ਼ਲ ਮੀਡੀਆ, ਫਰੈਂਡਸ ਨਾਲ ਘੁੰਮਣ 'ਚ ਲਗਾ, ਇਹ ਸਭ ਬਾਅਦ 'ਚ, ਇਹ ਸਭ ਡੇਵਿਲ ਦੀ ਨਿਸ਼ਾਨੀਆਂ ਆ, ਚਾਹੇ ਬੁਰਾ ਲੱਗੇ ਸੁਣਨ ਵਿੱਚ ਪਰ ਸਭ ਡੇਵਿਲ ਦੀਆਂ ਨਿਸ਼ਾਨੀਆਂ ਆ। ਫਰੈਂਡ ਕਹਿੰਦੇ ਯਾਰ ਆ ਉੱਧਰ ਜਾਣਾ, ਉੱਧਰ ਜਾਏਗੇ, ਉੱਧਰ ਚੱਲ ਗਿਆ, ਹੈਂ ਠੀਕ ਆ, ਅਤੇ ਜੀ ਮੈਂ ਠੀਕ ਨਹੀਂ ਸੀਗਾ ਜੀ ਤਾਂ ਮੈਂ ਰੈਸਟ ਕਰ ਲਈ, ਮੰਨੋ ਨਾ ਮੰਨੋ ਇਹ ਵੀ ਡੇਵਿਲ ਦੀਆਂ ਹੀ ਨਿਸ਼ਾਨੀਆਂ ਆ। ਤੁਸੀਂ ਠੀਕ ਕਿਉਂ ਨਹੀਂ ਹੋਏ? ਤੁਸੀਂ ਕੋਈ ਇੱਦਾਂ ਦਾ ਕੰਮ ਜ਼ਰੂਰ ਕੀਤਾ ਹੋਊਗਾ ਜਿਹਦੇ ਨਾਲ ਤੁਹਾਡੀ ਸਿਹਤ ਖਰਾਬ ਹੋ ਗਈ। ਠੀਕ ਆ, ਤੁਸੀਂ ਆਪਣੇ ਆਪ ਨੂੰ ਯਾਦ ਰੱਖਣਾ ਕਿ ਮੈਂ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ, ਸਿਹਤ ਨੂੰ ਸਹੀ ਰੱਖਣਾ ਆ, ਟਾਰਗੇਟ ਨੂੰ ਅਚੀਵ ਕਰਨਾ, ਕਿਉਂਕਿ ਇਸ ਲਈ ਮੈਂ ਸਿਹਤ ਨੂੰ ਸਹੀ ਰੱਖਣਾ। ਤੁਸੀਂ ਖਾਓਗੇ ਵਧੀਆ, ਤੁਸੀਂ ਸੌਂਗੇ ਟਾਈਮ ਸਿਰ। ਅੱਛਾ, ਅੱਜ ਕੱਲ੍ਹ ਕਈ ਸਟੂਡੈਂਟਸ ਆ ਜਾਂ ਕਈ ਪਰਸਨ ਆ ਬਹੁਤ ਲੇਟ ਸੌਂਦੇ ਰਾਤ ਨੂੰ, ਹੈ ਨਾ, ਮੰਨੋ ਨਾ ਮੰਨੋ ਇਹ ਵੀ ਟੇਬਲ ਦੀ ਨਿਸ਼ਾਨੀ ਆ। ਹਾਂ, ਕਈ ਐਕਸੈਪਸ਼ਨਲ ਕੇਸਿਸ ਆ, ਕਈ ਐਕਸੈਪਸ਼ਨਲ ਆ, ਕਈ ਰਾਤ ਨੂੰ ਪੜ੍ਹ ਕੇ ਸੌਂਦੇ ਜਾਂ ਲੇਟ ਨਾਈਟ ਸੌਂਦੇ ਆ, ਜਾਂ ਕੋਈ ਹੋਰ ਕੰਮ ਹੁੰਦਾ ਨਾ, ਔਨਲਾਈਨ ਵਰਕ ਹੈ ਜਾਂ ਕੋਈ ਵੀ ਚੀਜ਼ ਹੈ ਨਾ, ਉਹ ਲੇਟ ਸੌਂਦੇ ਆ। ਪਰ ਜੇ ਤੁਸੀਂ ਇੰਸਟਾਗ੍ਰਾਮ 'ਤੇ ਲੱਗੇ ਹੋਏ ਜਾਂ ਸਨੈਪਚੈਟ 'ਤੇ ਲੱਗੇ ਹੋਏ ਆ ਜਾਂ ਸੋਸ਼ਲ ਮੀਡੀਆ 'ਤੇ ਹੈ ਨਾ ਚੈਟਿੰਗ ਕਰਦੇ ਪਏ, ਕੁਛ ਵੀ ਕਰਦੇ ਪਏ, ਲੇਟ ਸੌਂਦੇ ਪਏ ਨਾ ਰਾਤ ਨੂੰ, ਤਾਂ ਤੁਸੀਂ ਸ਼ੈਤਾਨ ਦੇ ਕਬਜ਼ੇ ਵਿੱਚ ਆ, ਤਾਂ ਤੁਸੀਂ ਸ਼ੈਤਾਨ ਦੇ ਕਬਜ਼ੇ ਵਿੱਚ ਆ, ਮੰਨੋ ਚਾਹੇ ਨਾ ਮੰਨੋ, ਹੈ ਨਾ। ਪਰ ਗੱਲ ਹੈਗੀ ਆ, ਕਿਉਂਕਿ ਜ਼ਰੂਰੀ ਕੀ ਆ ਕਿ ਯਾਰ ਚੰਗੀ ਸਲੀਪ ਲੈਣੀ, ਜ਼ਰੂਰੀ ਕੀ ਆ ਟਾਈਮ ਸਿਰ ਸੋਣਾ ਅਤੇ ਟਾਈਮ ਸਿਰ ਹੀ ਉੱਠਣਾ। ਹੁਣ ਇਹ ਜਿਹੜੀ ਇਹ ਚੀਜ਼ ਹੈ ਚੇਨ ਰਿਐਕਸ਼ਨ ਸਟਾਰਟ ਕਰਦੀ ਹੈ, ਜੇ ਤੁਸੀਂ ਟਾਈਮ ਸਿਰ ਨਾ ਸੌਂਗੇ, ਜੇ ਤੁਸੀਂ ਟਾਈਮ ਸਿਰ ਨਾ ਸੌਂਗੇ ਤਾਂ ਤੁਸੀਂ ਸਵੇਰੇ ਉੱਠੋਗੇ ਵੀ ਬੜੀ ਲੇਟ, ਬੜੀ ਮੁਸ਼ਕਲ ਉੱਠੋਗੇ। ਠੀਕ ਆ, ਹਾਂ ਕਈ ਪਰਸਨ ਹੁੰਦੇ ਐਕਸੈਪਸ਼ਨਲ ਕੇਸਿਸ ਆ, ਉਹ ਉੱਠ ਵੀ ਜਲਦੀ ਜਾਂਦੇ ਭਾਵੇਂ ਸੌਂਦੇ ਵੀ ਲੇਟ ਆ, ਉਹਨਾਂ ਦੇ ਜੀਨ ਉੱਦਾਂ ਦੇ ਬਣ ਚੁੱਕੇ ਜਾਂ ਉਹਨਾਂ ਦੀ ਹੈਬਿਟ ਉੱਦਾਂ ਦੀ ਬਣ ਚੁੱਕੀ ਆ, ਪਰ ਉਹ ਆਪਣੇ ਜਿਹੜੇ ਉਹਨਾਂ ਦੇ ਬੋਡੀ ਦੇ ਅੰਦਰ ਸੈੱਲ ਹੁੰਦੇ ਆ ਨਾ, ਉਹਨਾਂ ਨੂੰ ਪ੍ਰੋਪਰ ਟਾਈਮ ਨਹੀਂ ਦੇ ਰਿਹਾ ਕਿ ਉਹ ਰਿਕਵਰ ਹੋ ਪਾਉਣ, ਜਿਹਦੇ ਨਾਲ ਕਹਿੰਦਾ ਫਿਰ ਇੱਕ ਟਾਈਮ 'ਤੇ ਆਉਂਦਾ ਹੈ ਕਿ ਉਹ ਬਸ ਬਹਿ ਜਾਂਦੇ ਆ ਵੀ ਹੁਣ ਬਸ ਥੱਕ ਗਏ ਯਾਰ, ਓਕੇ ਰਿਪੋਰਟ ਹੁਣ ਨਹੀਂ ਹੁੰਦਾ ਪਿਆ ਕੰਮ, ਉਹ ਫਿਰ ਇੱਕ ਟਾਈਮ 'ਤੇ ਆ ਕਿ ਇੱਦਾਂ ਦਾ ਇਹਨਾਂ ਦੀ ਬੋਡੀ ਇਹਨਾਂ ਦੀ ਇੱਦਾਂ ਦੀ ਹੋ ਜਾਂਦੀ ਹੈ। ਇਹ ਵੀ ਨਹੀਂ ਬਣਨਾ ਪ੍ਰੋਪਰ, ਜੋ ਦੇਖੋ 7 ਤੋਂ 8 ਘੰਟੇ ਦੀ ਸਲੀਪ ਆ ਉਹ ਲੈਣੀ ਚਾਹੀਦੀ ਆ। ਠੀਕ ਆ, ਅਤੇ ਜੇ ਤੁਸੀਂ ਉਹ ਲੈਂਦੇ ਆ ਤਾਂ ਮੀਨਸ ਠੀਕ ਆ ਜੀ, ਤੁਸੀਂ ਸ਼ੈਤਾਨ ਨੂੰ ਹਰਾ ਤਾ। ਜੇ ਅਦਰਵਾਈਜ਼ ਤੁਸੀਂ ਨਹੀਂ ਸਲੀਪ ਲੈਂਦੇ ਪਏ ਪੂਰੀ, ਫਿਰ ਤੁਹਾਨੂੰ ਸ਼ੈਤਾਨ ਨੇ ਹਰਾ ਤਾ। ਜਦੋਂ ਤੁਸੀਂ ਸ਼ੈਤਾਨ ਨੂੰ ਇੱਕ ਵਾਰ ਹਰਾ ਤਾ ਹੈ ਨਾ, ਤਾਂ ਤੁਹਾਨੂੰ ਬੋਡੀ ਨੂੰ ਵਧੀਆ ਫੀਲ ਲੱਗਣਾ ਸਟਾਰਟ ਹੋ ਜਾਣਾ।
ਅਤੇ ਜਦੋਂ ਤੁਸੀਂ ਆਪਣਾ ਕੋਈ ਵੀ ਹੋਮਵਰਕ ਆ ਜਾਂ ਤੁਸੀਂ ਜਿਹੜੀ ਚੀਜ਼ ਤੁਹਾਨੂੰ ਕਰਨੀ ਚਾਹੀਦੀ ਤੁਹਾਡੇ ਟਾਰਗੇਟ ਨੂੰ ਅਚੀਵ ਕਰਨ ਵਾਸਤੇ, ਜੇ ਤੁਸੀਂ ਉਹ ਚੀਜ਼ ਕਰਦੇ ਪਏ ਆ ਨਾ ਏਂਜਲ ਦੇ ਨਾਲ ਰਹਿ ਕੇ ਆਪਣੇ ਅੰਦਰ, ਜਿਹੜਾ ਤੁਹਾਡਾ ਬੰਦਾ ਫਰਿਸ਼ਤਾ ਤੁਹਾਡੇ ਅੰਦਰ ਹੈ ਨਾ ਉਹਦੇ ਨਾਲ ਰਹਿ ਕੇ ਜਿਹੜਾ ਤੁਸੀਂ ਆਪਣਾ ਚੰਗਾ ਕੰਮ ਕਰਦੇ ਪਏ ਆ ਨਾ, ਤੁਹਾਡਾ ਮਨ ਕਰਨਾ ਕਿ ਮੈਂ ਹੋਰ ਪੜ੍ਹਾਂ ਜਾਂ ਹੋਰ ਸਿੱਖਾਂ ਇਸ ਚੀਜ਼ ਦੇ ਬਾਰੇ, ਆਟੋਮੈਟਿਕਲੀ ਤੁਹਾਡਾ ਦਿਲ ਕਰਨਾ, ਠੀਕ ਆ। ਅਤੇ ਇਹੀ ਚੀਜ਼ ਚਾਹੀਦੀ, ਇਹੀ ਚੀਜ਼ ਪਕਾਉਣੀ ਆ, ਬਸ ਹੋਰ ਕੁਛ ਨਹੀਂ ਹੈਗਾ। ਜਿਹੜਾ ਏਂਜਲ ਦਾ ਨਾਲੇ ਕੰਮ ਆ ਨਾ, ਜਿਹੜਾ ਏਂਜਲ ਦਾ ਕੰਮ ਆ ਉਹ ਨਿਬੜ ਜਾਂਦਾ ਇੱਕ ਘੰਟੇ ਦੇ ਵਿੱਚ ਹੀ, ਅਤੇ ਜਿਹੜਾ ਡੇਵਿਲ ਦਾ ਕੰਮ ਆ ਉਹ ਤੁਸੀਂ ਚਾਹੇ ਨਾ ਸਾਰਾ ਦਿਨ ਕਰੀ ਚਲੋ, ਉਹ ਮੁੱਕਣਾ ਹੀ ਨਹੀਂ ਡੇਵਿਲ ਵਾਲਾ ਕੰਮ, ਕਿਉਂਕਿ ਡੇਵਿਲ ਵਾਲੇ ਕੰਮ ਨੇ ਕਿਸੇ ਥਾਂ ਟਿਕਾਣੇ ਪਹੁੰਚਣਾ ਹੀ ਨਹੀਂ। ਸੋਸ਼ਲ ਮੀਡੀਆ ਦੇਖੀ ਜਾਓ ਤੁਸੀਂ, ਇੱਕ ਘੰਟਾ ਤੁਸੀਂ ਰੀਲਸ ਦੇਖ ਲਓ, ਹੱਸੀ ਜਾਓਗੇ ਤੁਸੀਂ, ਦੇਖੀ ਹੋਊਗੇ ਵੀਡੀਓ ਸ਼ੇਅਰ ਕਰੀ ਜਾਓਗੇ, ਠੀਕ ਆ। ਪਰ ਤੁਸੀਂ ਤੁਹਾਡਾ ਕੰਮ ਕਦੇ ਵੀ ਨਾ ਸਿਰੇ ਜਿਹਾ ਨਹੀਂ ਚੜ੍ਹਨਾ, ਉਹ ਤੁਹਾਡਾ ਕੰਮ ਕਦੇ ਵੀ ਉਹ ਕਿਸੇ ਥਾਂ 'ਤੇ ਪਹੁੰਚਣਾ ਨਹੀਂ, ਉਹ ਲਿਮਿਟ ਨਹੀਂ ਹੈਗੀ ਕੋਈ। ਪਰ ਜਿਹੜੀ ਏਂਜਲ ਵਾਲੀ ਕੰਮ ਹੈ, ਜਿੱਦਾਂ ਆਪਾਂ ਪਹਿਲੀਆਂ ਵੀਡੀਓਜ਼ ਵਿੱਚ ਡਿਸਕਸ ਕੀਤਾ ਕਿ ਜੇ ਤੁਸੀਂ ਕੁਛ ਸਿੱਖਣਾ ਚਾਹੁੰਦੇ ਨਾ, ਇਹ ਜਿੱਦਾਂ ਮੰਨ ਲਓ ਕਿ ਇੱਕ ਦਿਨ 'ਚ ਇੱਕ ਚੀਜ਼ ਸਿੱਖਣੀ ਆ, ਮੰਨ ਲਓ ਤੁਸੀਂ ਸਿੱਖਣਾ ਕਿ ਕਸਟਮਰ ਸੈਟੀਸਫੈਕਸ਼ਨ ਕੀ ਹੁੰਦੀ ਆ, ਬਸ ਤੁਸੀਂ ਉਹੀ ਸਿੱਖਣੀ ਆ ਇੱਕ ਦਿਨ ਵਿੱਚ, ਉਹੀ ਸਿੱਖਣੀ ਆ। ਏਂਜਲ ਦਾ ਤੁਸੀਂ ਨਾਲ ਰਹਿ ਕੇ ਨਾ ਸਿਰਫ ਉਹ ਸਿੱਖ ਲਓ ਕਿ ਸੈਟੀਸਫੈਕਸ਼ਨ ਕੀ ਹੁੰਦੀ ਆ। 90% ਜਿਹੜਾ ਹੈ ਨਾ ਸਟੂਡੈਂਟਸ ਨੂੰ ਅਗਰ ਕਹੀਏ ਨਾ ਕਿ ਤੁਸੀਂ ਅੱਜ ਜਿਹੜੀ ਹੈ ਨਾ ਸੈਟੀਸਫੈਕਸ਼ਨ ਸਿੱਖਣੀ ਆ, ਕਸਟਮਰ ਸੈਟੀਸਫੈਕਸ਼ਨ ਕੀ ਹੁੰਦੀ ਹੈ ਨਾ, ਹਾਂ ਜੇ ਤਾਂ ਉਹ ਸਿੱਖ ਲੈਣਗੇ ਤਾਂ ਬਹੁਤ ਵਧੀਆ ਗੱਲ ਆ। ਪਰ ਇਸ ਇੱਥੇ ਵੀ ਮੋਰ ਦੈਨ 70% ਸਟੂਡੈਂਟ ਨਾ ਨਹੀਂ ਸਿੱਖਣਗੇ। ਉਹ ਕਿਉਂ ਨਹੀਂ ਸਿੱਖਣਗੇ? ਪਹਿਲੀ ਗੱਲ ਉਹਨੂੰ ਚੇਤਾ ਭੁੱਲ ਜਾਣਾ, ਜਿਹੜਾ ਕਿ ਸਭ ਤੋਂ ਵੱਡਾ ਇੱਕ ਇੰਡੀਕੇਟਰ ਆ ਸ਼ੈਤਾਨ ਦੇ ਅੰਡਰ ਹੋਣ ਦਾ, ਡੇਵਿਲ ਦੇ ਅੰਡਰ ਹੋਣ ਦਾ ਸਭ ਤੋਂ ਵੱਡਾ ਇੰਡੀਕੇਟਰ ਆ, ਠੀਕ ਆ। ਅਤੇ ਜਿਹੜੇ ਸਿੱਖ ਲੈਣਗੇ ਉਹ ਮੀਨਸ ਉਹਨਾਂ ਨੇ ਸ਼ੈਤਾਨ ਨੂੰ ਹਰਾ ਦਿੱਤਾ, ਜਿਹੜੇ ਨਹੀਂ ਸਿੱਖਣਗੇ ਮੀਨਸ ਸ਼ੈਤਾਨ ਨੇ ਉਹਨਾਂ ਨੂੰ ਹਰਾ ਦਿੱਤਾ। ਸੋ ਜਿਹੜਾ ਕੰਮ ਪਹਿਲਾਂ ਜ਼ਰੂਰੀ ਹੈ ਨਾ ਉਹ ਜੇ ਤੁਸੀਂ ਕਰ ਲਉਂਗੇ ਨਾ, ਫਿਰ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ, ਜਿੱਥੇ ਮਰਜ਼ੀ ਜਾਓ ਜਿੱਥੇ ਮਰਜ਼ੀ ਸਪੈਂਡ ਕਰੋ, ਠੀਕ ਹੈ, ਫਿਰ ਤੁਹਾਡੇ ਕੋਲ ਟਾਈਮ ਹੀ ਟਾਈਮ ਹੈ। ਪਰ ਜੇ ਤੁਸੀਂ ਪਹਿਲਾਂ ਸ਼ੈਤਾਨ ਦੀ ਸੁਣ ਲਈ, ਫਿਰ ਤੁਹਾਨੂੰ ਟਾਈਮ ਹੀ ਨਹੀਂ ਮਿਲਣਾ ਉਸ ਚੀਜ਼ ਵਾਸਤੇ ਪ੍ਰਪੇਅਰ ਕਰਨ ਲਈ। ਏਂਜਲ ਤੁਹਾਡਾ ਟਾਈਮ ਸੇਵਰ ਆ। ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਵੱਧ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਉਹ ਟਾਈਮ ਹੀ ਆ। ਜੇ ਤੁਸੀਂ ਟਾਈਮ ਨੂੰ ਕਾਬੂ ਕਰ ਲਿਆ ਨਾ, ਫਿਰ ਮੰਨ ਲਓ ਤੁਸੀਂ ਸ਼ੈਤਾਨ ਨੂੰ ਕਾਬੂ ਕਰ ਲਿਆ, ਫਿਰ ਜਿਹੜਾ ਤੁਹਾਡੇ ਅੰਦਰ ਬੈਠਾ ਸ਼ੈਤਾਨ ਹੈ ਨਾ, ਮੰਨ ਲਓ ਉਹਨੂੰ ਤੁਸੀਂ ਕਾਬੂ ਕਰ ਲਿਆ, ਜੇ ਤੁਸੀਂ ਟਾਈਮ ਨੂੰ ਕਾਬੂ ਕਰ ਲੈਂਦੇ ਪਹਿਲਾਂ, ਕਿਉਂਕਿ ਜਿਹੜਾ ਟਾਈਮ ਹੈ ਨਾ, ਟਾਈਮ ਕਨਸੈਪਟਡ ਹੈ ਨਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਅਤੇ ਉਹ ਜਿਹੜਾ ਫਰਿਸ਼ਤਾ ਆਪਣੇ ਅੰਦਰ ਬੈਠਾ ਨਾ ਉਹ ਸੇਵ ਕਰਾ ਸਕਦਾ ਆਪਾਂ ਨੂੰ ਕਿ ਟਾਈਮ ਸੇਵ ਕਰਨਾ, ਕਿਉਂਕਿ ਫਰਿਸ਼ਤਾ ਕਹਿੰਦਾ ਕਿ ਜਿਹੜਾ ਕੰਮ ਪਹਿਲਾਂ ਕਰਨ ਵਾਲਾ ਆ ਉਹ ਕਰਨਾ, ਜਿਹੜਾ ਕੰਮ ਪਹਿਲਾਂ ਕਰਨ ਵਾਲਾ ਆ ਉਹ ਕਰਨਾ। ਤੁਹਾਨੂੰ ਸੋਸ਼ਲ ਮੀਡੀਆ ਨੇ ਕਦੇ ਨਹੀਂ ਕਹਿਣਾ ਕਿ ਸੋਸ਼ਲ ਮੀਡੀਆ ਮਾੜਾ, ਤੁਹਾਨੂੰ ਕਦੇ ਵੀ ਜਿਹੜਾ ਹੈ ਨਾ ਅੰਦਰੋਂ ਆਵਾਜ਼ ਬਹੁਤ ਘੱਟ ਆਊਗੀ ਜਦੋਂ ਤੁਹਾਡਾ ਕੰਮ ਕਰਨ ਦਾ ਮੂਡ ਹੋਇਆ ਅਤੇ ਤੁਸੀਂ ਕੰਮ ਨਹੀਂ ਕੀਤਾ ਜਿਹੜਾ ਕਰਨ ਵਾਲਾ, ਮੰਨ ਲਓ ਹੋਮਵਰਕ ਹੀ ਆ ਜਾਂ ਤੁਸੀਂ ਕੋਈ ਚੀਜ਼ ਸਿੱਖਣੀ ਆ ਜਾਂ ਆਪਣੇ ਫਿਊਚਰ ਦਾ ਕੋਈ ਪਲੈਨ ਬਣਾਉਣਾ, ਤੁਹਾਡੇ ਅੰਦਰੋਂ ਕਦੇ ਆਵਾਜ਼ ਨਹੀਂ ਆਉਣੀ ਕਿ ਯਾਰ ਇਹ ਚੀਜ਼ ਸਹੀ ਹੈ ਜਾਂ ਨਹੀਂ ਸਹੀ, ਠੀਕ ਆ। ਤੁਹਾਡੇ ਅੰਦਰੋਂ ਆਵਾਜ਼ ਕਿਉਂ ਨਹੀਂ, ਕੋਈ ਨਹੀਂ ਕਰ ਲਾਂਗੇ, ਤੁਹਾਡੇ ਅੰਦਰੋਂ ਇਹ ਆਵਾਜ਼ ਆਉਣੀ, ਕੋਈ ਨਹੀਂ ਆਹ ਕੰਮ ਕਰਕੇ ਕਰਦੇ ਹਨ, ਕੋਈ ਨਹੀਂ ਆਹ ਕੰਮ ਕਰਕੇ ਫਿਰ ਕਰਦੇ ਆ, ਉਹਦਾ ਮੀਨਿੰਗ ਕੀ, ਉਹਦਾ ਮੀਨਿੰਗ ਇਹ ਆ ਕਿ ਤੁਸੀਂ ਪ੍ਰੋਕਰੈਸਟੀਨੇਟ ਕਰਦੇ ਪਏ, ਤੁਸੀਂ ਸ਼ੈਤਾਨ ਦੇ ਹਲੇ ਕਬਜ਼ੇ ਵਿੱਚ ਆ, ਤੁਹਾਨੂੰ ਸ਼ੈਤਾਨ ਹਲੇ ਜਕੜਿਆ ਹੋਇਆ। ਜੇ ਹੋਊਗੇ ਏਂਜਲ ਦੇ ਅੰਡਰ, ਫਿਰ ਤੁਸੀਂ ਕਹੋਗੇ ਯਾਰ ਪਹਿਲਾਂ ਮੈਂ ਆਪਣਾ ਪਲੈਨਿੰਗ ਕਰ ਲਵਾਂ, ਕਿਉਂਕਿ ਦੇਖੋ ਜਿਹੜੀ ਪਲੈਨਿੰਗ ਹੈ ਨਾ ਸਿਰਫ ਤੋਂ ਸਿਰਫ 5-10 ਮਿੰਟ ਲੱਗਦੇ ਆ ਜਾਂ ਵੱਧ ਤੋਂ ਵੱਧ 20 ਮਿੰਟ ਜਾਂ 25 ਮਿੰਟ ਲੱਗ ਜਾਣਗੇ। ਤੁਸੀਂ ਯੂਟਿਊਬ 'ਤੇ ਵੀਡੀਓ ਦੇਖੋਗੇ, ਉੱਤੋਂ ਗਾਈਡੈਂਸ ਲਉਂਗੇ, ਪ੍ਰੀਵੀਅਸ ਕਿਹਨਾਂ ਕਿਹਨਾਂ ਨੇ ਟਾਰਗੇਟ ਅਚੀਵ ਕੀਤੇ ਆ ਇਹ ਦੇਖੋਗੇ, ਤਾਂ ਤੁਸੀਂ ਇੰਨੀ ਚੀਜ਼ ਪਹਿਲਾਂ ਦੇਖ ਲੈਂਦੇ ਏਂਜਲ ਦੇ ਹੋ ਕੇ, ਏਂਜਲ ਦੇ ਵੱਲ ਜਾ ਕੇ, ਤਾਂ ਆਪਣੇ ਟਾਰਗੇਟ ਨੂੰ ਜਾਂ ਤੁਸੀਂ ਆਪਣਾ ਟਾਈਮ ਹੈ ਨਾ, ਆਪਣਾ ਪਲੈਨ ਹੈ, ਕੁਛ ਵੀ ਟਾਸਕ ਹੈ ਨਾ, ਉਸ ਨੂੰ ਬਹੁਤ ਹੀ ਈਜ਼ੀ ਵੇ ਦੇ ਨਾਲ ਤੁਸੀਂ ਕਰ ਸਕਦੇ ਹਾਂ ਜੇ ਤੁਸੀਂ ਏਂਜਲ ਦੀ ਸੁਣੋਗੇ। ਜਿੰਨੇ ਵੀ ਪਰਸਨ ਆਪਾਂ ਦੇਖ ਲਈਏ ਜਿਹੜੇ ਬਹੁਤ ਜ਼ਿਆਦਾ ਸਕਸੈਸਫੁਲ ਆ ਨਾ, ਜਾਂ ਬਹੁਤ ਜ਼ਿਆਦਾ ਵਧੀਆ ਸਟੂਡੈਂਟ ਆ ਜਾਂ ਕੁਛ ਵੀ ਚੀਜ਼ ਆ ਨਾ, ਜਾਣੀ ਕਿ ਆਪਣੇ ਫੀਲਡ ਦੇ ਵਿੱਚ ਉਹ ਆਪਣੇ ਜਿੰਨੇ ਵੀ ਉਹਨਾਂ ਦੇ ਕੰਪੈਰੀਟਰਸ ਆ ਨਾ ਉਹਨਾਂ ਨਾਲੋਂ ਵਧੀਆ ਆ, ਕੰਪੈਟੀਟਰ ਵੀ ਜਿਹੜੇ ਆ ਬਣਨਾ ਵੀ ਸੌਖੀ ਗੱਲ ਨਹੀਂ ਹੈ, ਕੰਪੀਟ ਕਰਨਾ ਕਿਸੇ ਦੇ ਨਾਲ ਉਹ ਵੀ ਗੱਲ ਸੌਖੀ ਨਹੀਂ ਹੈਗੀ। ਜਿੰਨੇ ਵੀ ਪਲੇਅਰ ਲਗਾ ਲਓ, ਜਿੰਨੇ ਬਿਜ਼ਨਸਮੈਨ ਲਗਾ ਲਓ, ਸਕਸੈਸਫੁਲ ਲਗਾ ਲਓ ਨਾ, ਉਹ ਸਾਰਿਆਂ ਨੇ ਸ਼ੈਤਾਨ ਦੀ ਨਹੀਂ ਸੁਣੀ, ਉਹਨਾਂ ਸਾਰਿਆਂ ਨੇ ਏਂਜਲ ਦੀ ਸੁਣੀ ਆ।
ਇਸ ਕਰਕੇ ਉਹ ਇਸ ਮੁਕਾਮ 'ਤੇ ਪੁੱਜੇ ਅੱਜ। ਠੀਕ ਆ, ਅਤੇ ਜੇ ਉਹਨਾਂ ਨੇ ਸ਼ੈਤਾਨ ਦੀ ਸੁਣੀ ਹੁੰਦੀ ਤਾਂ ਉਹਨਾਂ ਦਾ ਨਾਮ ਹੀ ਨਹੀਂ ਹੋਣਾ ਸੀ, ਜਿਹਨੂੰ ਕਹਿੰਦੇ ਨਾ ਨਾਮੋ ਨਿਸ਼ਾਨ ਹੀ ਨਾ ਹੁੰਦਾ, ਤਾਂ ਇੱਦਾਂ ਹੋਣਾ ਸੀਗਾ। ਕੋਈ ਵੀ ਪਰਸਨ ਜਿਹੜਾ ਨਾ, ਹਾਂ ਲੱਕੀ ਹੁੰਦਾ ਆ, 1% ਕਹਿ ਲਓ ਤੁਸੀਂ ਲੱਕੀ ਵੀ ਹੁੰਦੇ ਆ ਪਰਸਨ, ਜਿੱਦਾਂ ਮੰਨ ਲਓ ਕਿਸੇ ਦੀ ਲੋਟਰੀ ਲੱਗ ਗਈ ਜਾਂ ਕਿਸੇ ਨੂੰ ਪੁਸ਼ਤੈਨੀ ਜਾਇਦਾਦ ਮਿਲ ਗਈ, ਹੈ ਨਾ, ਜਾਂ ਕਿਸੇ ਨੂੰ ਵਧੀਆ ਗਾਈਡੈਂਸ ਹੁੰਦੀ ਆ, ਉਹ ਵੀ 1 ਲੱਕ ਦੀ ਹੀ ਨਿਸ਼ਾਨੀ ਹੈਗੀ ਯਾਰ, ਗਾਈਡੈਂਸ ਵਧੀਆ ਸੀ ਪਰਸਨ ਨੂੰ, ਪਰ ਜਿੱਥੇ ਤੱਕ ਉਹਨੇ ਹਾਰਡਵਰਕ ਕੀਤਾ ਜਾਂ ਕੋਈ ਵੀ ਚੀਜ਼ ਹੈ ਨਾ, ਉਹ ਉਹਨੇ ਸ਼ੈਤਾਨ ਦਾ ਸੁਣ ਕੇ ਨਹੀਂ ਕੀਤਾ, ਉਹ ਉਹਨੇ ਜਿਹੜਾ ਆ ਫਰਿਸ਼ਤੇ ਦੀ ਗੱਲ ਸੁਣ ਕੇ ਨਾ ਫਿਰ ਕੀਤਾ ਉਹ ਕੰਮ। ਕਿਉਂਕਿ ਦੇਖੋ ਕੋਈ ਵੀ ਕੰਮ ਹੈ ਨਾ, ਉਹਨੂੰ ਕਰਨ ਵਾਸਤੇ ਤੁਹਾਨੂੰ ਪ੍ਰੋਕਰੈਸਟੀਨੇਸ਼ਨ ਤਿਆਗਣੀ ਪੈਣੀ ਹੈ ਪਹਿਲਾਂ, ਤਾਂ ਆਲਸ ਤਿਆਗਣਾ ਪੈਣਾ, ਜਿਹੜਾ ਕਿ ਮੁੱਖ ਕਹਿ ਲਓ ਕਿ ਇੰਡੀਕੇਟਰ ਆ ਸ਼ੈਤਾਨ ਦੇ ਕਬਜ਼ੇ ਹੇਠ ਹੋਣ ਦੇ। ਠੀਕ ਆ, ਸ਼ੈਤਾਨ ਕਿਤੇ ਬਾਹਰ ਨਹੀਂ ਬੈਠਾ, ਅਤੇ ਕਹਿ ਲਓ ਕਿ ਜਿਹੜਾ ਫਰਿਸ਼ਤਾ ਉਹ ਕਿਤੇ ਬਾਹਰ ਨਹੀਂ ਬੈਠਾ। ਸਿਮਿਲਰ ਕੰਸੈਪਟ ਆ ਰੱਬ ਅਤੇ ਸ਼ੈਤਾਨ, ਜਿਹੜਾ ਆ ਰੱਬ ਅਤੇ ਸ਼ੈਤਾਨ ਆਪਣੇ ਅੰਦਰ ਹੀ ਆ। ਜੇ ਤੁਸੀਂ ਰੱਬ ਦੀ ਸੁਣੋਗੇ ਤਾਂ ਟਾਸਕ ਨੂੰ ਜਲਦੀ ਕਰ ਲਉਂਗੇ, ਅਤੇ ਜੇ ਤੁਸੀਂ ਸ਼ੈਤਾਨ ਦੀ ਸੁਣੋਗੇ ਤੁਹਾਡਾ ਟਾਸਕ ਨਹੀਂ ਨਿਬੜਨਾ ਹੀ ਨਹੀਂ, ਸ਼ੁਰੂ ਹੀ ਨਹੀਂ ਹੋਣਾ ਪਹਿਲੀ ਗੱਲ ਤਾਂ। ਸੋ ਬਹੁਤ ਹੀ ਇੰਪੋਰਟੈਂਟ ਆ ਰੱਬ ਦੀ ਸੁਣਨੀ, ਜਾਂ ਕਹਿ ਲਓ ਜਾਂ ਕਹਿ ਲਓ ਫਰਿਸ਼ਤੇ ਦੀ ਸੁਣਨੀ, ਤੁਹਾਡੇ ਅੰਦਰ ਆ। ਠੀਕ ਆ, ਫਰਿਸ਼ਤੇ ਨੂੰ ਕੀ ਪਸੰਦ ਹੈ, ਫਰਿਸ਼ਤੇ ਨੂੰ ਪਸੰਦ ਹੈ ਪਰਸਨ ਐਕਟਿਵ ਹੋਵੇ ਅਤੇ ਲਾਈਫ 'ਚ ਜੋ ਕਰਨਾ ਚਾਹੀਦਾ ਨਾ ਉਹੀ ਕਰੇ ਪਰਸਨ, ਇਹ ਚੀਜ਼ ਫਰਿਸ਼ਤੇ ਨੂੰ ਪਸੰਦ ਆ। ਸ਼ੈਤਾਨ ਤੁਹਾਨੂੰ ਆਪਣੇ ਅੰਦਰ ਕਰਦਾ, ਤੁਹਾਨੂੰ ਆਪਣੇ ਕਬਜ਼ੇ 'ਚ ਕਰਦਾ। ਸ਼ੈਤਾਨ ਨੂੰ ਕੀ ਪਸੰਦ ਆ ਕਿ ਯਾਰ ਬਹਿ ਜਾਓ, ਕੋਈ ਚੱਕਰ ਨਹੀਂ, ਕਿ ਯਾਰ ਤੁਸੀਂ ਤੁਹਾਡਾ ਜੋ ਇੰਜੋਏ ਕਰਨ ਨੂੰ ਦਿਲ ਕਰਦਾ ਨਾ ਉਹ ਕਰੋ, ਕੰਮ ਬਾਅਦ 'ਚੋਂ, ਪਹਿਲਾਂ ਜਿਹੜਾ ਇੰਪੋਰਟੈਂਟ ਕੰਮ ਉਹ ਬਾਅਦ 'ਚੋਂ ਕਰ ਲਾਂਗੇ, ਕੋਈ ਨਹੀਂ ਹੋ ਜੂਗਾ। ਠੀਕ ਹੈ, ਸਾਨੂੰ ਕਿਹੜਾ ਕੋਈ ਕਹਿਣ ਲੱਗਾ, ਫੋਰ ਐਗਜ਼ਾਮਪਲ ਇਹ ਸ਼ੈਤਾਨ ਨੂੰ ਚੀਜ਼ਾਂ ਪਸੰਦ ਆ, ਇਹ ਹੁਣ ਤੁਹਾਡੇ 'ਤੇ ਡਿਪੈਂਡ ਆ, ਤੁਸੀਂ ਸ਼ੈਤਾਨ ਵੱਲ ਹੋਣਾ ਕਿ ਤੁਸੀਂ ਰੱਬ ਵੱਲ ਹੋਣਾ ਜਾਂ ਫਰਿਸ਼ਤੇ ਵੱਲ ਹੋਣਾ ਤੁਸੀਂ। ਠੀਕ ਆ, ਕਹਿੰਦੇ ਨੇ ਤਾਂ ਕਰਮ ਹੀ ਧਰਮ ਆ, ਉਹ ਕਿਸੇ ਗੱਲੋਂ ਹੀ ਕਹਿੰਦੇ ਆ, ਕਰਮ ਹੀ ਧਰਮ ਆ ਕਿਸੇ ਗੱਲੋਂ ਹੀ ਕਹਿੰਦੇ ਆ ਉਹ, ਕਿਉਂਕਿ ਕਰਮ ਦੇ ਵਿੱਚੋਂ ਹੀ ਤੁਹਾਨੂੰ ਰੱਬ ਮਿਲੂਗਾ ਆਪਣਾ, ਕਰਮ ਦੇ ਵਿੱਚੋਂ ਹੀ ਤੁਹਾਨੂੰ ਰੱਬ ਮਿਲੂਗਾ। ਕੋਈ ਵੀ ਜਿਹੜਾ ਕੋਈ ਇਲੈਕਟ੍ਰੀਸ਼ਨ ਆ ਜਾਂ ਕੋਈ ਵੀ ਕੰਮ ਕਰਨ ਵਾਲਾ ਹੈ ਨਾ, ਉਹ ਕੰਮ ਕਰਨ ਤੋਂ ਪਹਿਲਾਂ ਹੈ ਨਾ ਉਹ ਮੱਥਾ ਟੇਕਦਾ ਚੀਜ਼ ਨੂੰ, ਹੈ ਨਾ। ਕਈ ਹਾਂ ਬਹੁਤ ਜਿਹੜੀਆਂ ਬੜੀਆਂ ਲਿਖੀਆਂ ਸੁਸਾਇਟੀਆਂ ਜਿਹੜੇ ਕੰਪਿਊਟਰ ਵਰਤਣ ਲੱਗ ਪਏ, ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਨਾ ਪਤਾ ਹੋਵੇ, ਡਰਾਈਵਰ ਵੀ ਗੱਡੀ ਚਲਾਉਣ ਤੋਂ ਪਹਿਲਾਂ ਮੱਥਾ ਟੇਕਦਾ ਗੱਡੀ ਨੂੰ। ਕੋਈ ਕੰਮ ਕਰਨ ਵਾਲਾ ਜਿਹੜਾ ਕੋਈ ਪਰਸਨ ਹੈ ਨਾ, ਉਹ ਪਹਿਲਾਂ ਮੱਥਾ ਟੇਕਦਾ, ਚਾਹੇ ਉੱਥੇ ਜਗ੍ਹਾ ਬਣਾਈ ਹੋਗੀ ਕੋਈ ਜਾਂ ਕੋਈ ਚੀਜ਼ ਆ, ਚਾਹੇ ਆਪਣੇ ਟੂਲ ਨੂੰ ਮੱਥਾ ਟੇਕਦਾ, ਟੇਕਦੇ ਜ਼ਰੂਰ ਆ, ਲੇਕਿਨ ਠੀਕ ਹੈ, ਉਹ ਕਰਮ ਹੀ ਧਰਮ ਆ। ਉਹ ਉਹਨਾਂ ਨੂੰ ਸ਼ਾਇਦ ਪਤਾ ਜਾਂ ਨਹੀਂ ਪਤਾ ਉਹ, ਪਰ ਪੂਰੇ ਹੀ ਮੰਨ ਲਓ ਕਿ ਜੇ ਇੱਦਾਂ ਦੀ ਚੀਜ਼ ਕਰਦੇ ਆ ਤਾਂ ਉਹ ਫਰਿਸ਼ਤੇ ਦੇ ਅੰਡਰ ਪਕਿਆ ਸਕਦੇ ਆ, ਸ਼ੈਤਾਨ ਨਹੀਂ ਉਹਨਾਂ 'ਤੇ ਭਾਰੀ, ਸ਼ੈਤਾਨ ਵੀ ਉਹਨਾਂ 'ਤੇ ਭਾਰੀ ਹੋ ਜਾਂਦਾ ਆ ਕਦੀ ਕਦੇ, ਜਦ ਉਹਨਾਂ ਦਾ ਰੈਸਟ ਕਰਨ ਨੂੰ ਦਿਲ ਕਰਦਾ। ਯਾਰ ਕੋਈ ਗੱਲ ਨਹੀਂ, ਹੁਣੇ ਸ਼ੈਤਾਨ ਹੀ ਆ, ਜਦ ਕਈ ਜਿਹੜੇ ਡਰਾਈਵਰ ਆ ਜਦ ਉਹਨਾਂ ਨੂੰ ਨੀਂਦ ਆਈ ਹੁੰਦੀ ਹੈ ਤਾਂ ਗੱਡੀ ਚਲਾਉਣ ਲੱਗ ਪੈਂਦੇ ਆ, ਅਤੇ ਉਹਨਾਂ ਨੂੰ ਚਾਹੀਦਾ ਤਾਂ ਇਹ ਹੈ ਨਾ ਕਿ ਉਹ ਰੈਸਟ ਕਰਨ ਆਪਣੀ ਬੈਠ ਕੇ ਪ੍ਰੋਪਰ ਇੱਕ ਸਾਈਡ 'ਤੇ। ਕੋਈ ਗੱਲ ਨਹੀਂ, ਲੇਟ ਹੋ ਜਾਣਗੇ ਫਾਈਨ ਹੀ ਭਰਨਾ ਪਊਗਾ ਨਾ, ਅਤੇ ਫਾਈਨ ਤਾਂ ਵਧੀਆ ਹੀ ਹੈ ਨਾ, ਇਨ ਕੇਸ ਜੇ ਟਰੱਕ ਕਿਤੇ ਉਹਨਾਂ ਦਾ ਆਊਟ ਆਫ ਕੰਟਰੋਲ ਹੁੰਦਾ ਅਤੇ 2-3 ਜਾਨਾਂ ਲੈ ਕੇ ਬਹਿ ਜਾਂਦਾ ਨਾਲ ਆਪਣੇ, ਉਹਦੇ ਨਾਲ ਤਾਂ ਬੈਟਰ ਹੈ ਨਾ ਕਿ ਯਾਰ ਫਾਈਨ ਭਰ ਦਾਂਗੇ, ਰੈਸਟ ਕਰ ਲਓ ਆਪਣੇ, ਹੈ ਨਾ, ਪਹੁੰਚ ਤਾਂ ਜਾਊਂਗੇ ਨਾ। ਇਹ ਕਿਉਂਕਿ ਵੀਡੀਓ ਮੈਂ ਹੁਣੇ ਦੇਖੀ ਸੀਗੀ, ਹਲੇ ਆ ਆਡੀਓ ਬਣਾਉਣ ਤੋਂ ਪਹਿਲਾਂ ਹੀ ਹੁਣੇ ਦੇਖੀ ਹਲੇ ਵੀਡੀਓ ਮੈਂ, ਉਹ 'ਚ ਇੱਕ ਪਰਸਨ ਹੁੰਦਾ ਹਰੀ ਪੱਗ ਬੰਨੀਆਂ ਹੁੰਦੀ ਆ ਟਰੱਕ ਡਰਾਈਵਰ, ਅਤੇ ਉਹ ਉਹਨੂੰ ਨੀਂਦ ਆਉਣ ਡਈ ਹੁੰਦੀ, ਉਹਨੂੰ ਚਾਹੀਦਾ ਤਾਂ ਇਹ ਸੀਗਾ ਕਿ ਉਹ ਸੌ ਜਾਂਦਾ ਉੱਥੇ ਰੋਕ ਕੇ, ਹੈ ਨਾ, ਜਿਹੜਾ ਉਹਨਾਂ ਦਾ ਜਿਹੜਾ ਉਹਦਾ ਡਰਾਈਵਰ ਅਸਿਸਟੈਂਟ ਆ ਉਹਨੂੰ ਕਹਿੰਦਾ ਕਿ ਯਾਰ ਮੈਨੂੰ ਨੀਂਦ ਆਉਂਦੀ ਪਈ ਆ, ਮੈਂ ਨਹੀਂ ਚਲਾ ਸਕਦਾ, ਪਰ ਉਹਨੇ ਸ਼ੈਤਾਨ ਦੀ ਸੁਣੀ, ਉਹ ਕਹਿੰਦਾ ਕੋਈ ਗੱਲ ਨਹੀਂ ਚਲਾ ਲੈਂਦੇ, ਮਾੜੀ ਮਾੜੀ ਅੱਖ ਹੀ ਲੱਗਦੀ ਪਈ ਆ, ਸੋ ਉਹਦਾ ਐਕਸੀਡੈਂਟ ਹੋ ਜਾਂਦਾ ਆ। ਹੋਪਫੁਲੀ ਕਿਸੇ ਦੀ ਡੈਥ ਨਹੀਂ ਹੋਈ, ਉੱਥੇ ਜਿਹੜਾ ਟਰਾਲਾ ਸੀਗਾ ਉਹ ਥੱਲੇ ਪੁਲ ਤੋਂ ਥੱਲੇ ਚੱਲ ਜਾਂਦਾ ਆ, ਪਰ ਬਚਾਅ ਹੋ ਜਾਂਦਾ। ਠੀਕ ਹੈ, ਪਰ ਇਨ ਕੇਸ ਮੂਹਰੇ ਕੋਈ ਗੱਡੀਆਂ ਹੁੰਦੀਆਂ ਜਾਂ ਕਿਤੇ ਮੂਹਰੇ ਸਕੂਲ ਹੁੰਦਾ ਜਾਂ ਕੁਛ ਹੁੰਦਾ, ਹੈ ਨਾ। ਸੋ ਏਂਜਲ ਅਤੇ ਡੇਵਿਲ ਜ਼ਰੂਰੀ ਨਹੀਂ ਹੈਗਾ ਕਿਸੇ ਇੱਕ ਪਰਸਨ ਦੀ ਲਾਈਫ 'ਚ ਹੀ ਕੰਮ ਕਰਦਾ, ਸਾਰੇ ਜਿੰਨੇ ਆਪਾਂ ਹੈਗੇ ਹਾਂ ਨਾ ਧਰਤੀ ਉੱਤੇ ਜੀਵ ਜਾਂ ਧਰਤੀ ਉੱਤੇ ਮਨੁੱਖ ਕਹਿ ਲਓ, ਧਰਤੀ ਤੋਂ ਜਿੰਨੇ ਮਨੁੱਖ ਹੈ ਨਾ, ਸਾਰਿਆਂ ਦੀ ਲਾਈਫ ਦੇ ਵਿੱਚ ਏਂਜਲ ਅਤੇ ਡੇਵਿਲ ਦਾ ਕੰਸੈਪਟ ਚੱਲਦਾ ਹੀ ਚੱਲਦਾ ਆ।
ਅਤੇ ਤੁਸੀਂ ਇਸ ਚੀਜ਼ ਨੂੰ ਮਨਾ ਨਹੀਂ ਕਰ ਸਕਦੇ ਜਾਂ ਇਸ ਚੀਜ਼ ਨੂੰ ਮਜ਼ਾਕ 'ਚ ਨਹੀਂ ਲੈ ਸਕਦੇ। ਜੇ ਤੁਸੀਂ ਮਜ਼ਾਕ 'ਚ ਲਉਂਗੇ ਨਾ ਤਾਂ ਵੀ ਤੁਸੀਂ ਡੇਵਿਲ ਦੇ ਹੀ ਅੰਡਰ ਆ ਇਸ ਚੀਜ਼ ਦੇ ਵਿੱਚ। ਡੇਵਿਲ ਹੀ ਤੁਹਾਨੂੰ ਕਹਿ ਰਿਹਾ ਕਿ ਆਹ ਕੀ ਚੀਜ਼ ਆ ਤੁਸੀਂ ਸੁਣੀ ਜਾਂਦਾ, ਹੈ ਨਾ, ਇਹ ਡੇਵਿਲ ਹੀ ਤੁਹਾਨੂੰ ਕਹਿੰਦਾ ਪਿਆ ਆ, ਤੁਸੀਂ ਨਹੀਂ ਕਹਿੰਦੇ ਪਏ। ਤੁਸੀਂ ਨਿਊਟਰਲ ਆ, ਤੁਸੀਂ ਗੱਡੀ ਆ, ਡੇਵਿਲ ਅਤੇ ਜਿਹੜਾ ਹੈਗਾ ਆ ਏਂਜਲ ਉਹ ਡਰਾਈਵਰ ਆ, ਉਹ ਤੁਹਾਨੂੰ ਚਲਾਉਂਦੇ ਪਏ ਆ। ਤੁਸੀਂ ਨਾ ਸਮਝ ਲਿਓ ਕਿ ਤੁਸੀਂ ਆਪਣੀ ਲਾਈਫ ਚਲਾਉਂਦੇ ਪਏ ਆ, ਏਂਜਲ ਅਤੇ ਡੇਵਿਲ ਜਿਹੜੇ ਨਾ ਉਹ ਤੁਹਾਡੀ ਲਾਈਫ ਚਲਾਉਂਦੇ ਪਏ ਆ, ਠੀਕ ਹੈ। ਸੋ ਜਿਹੜੀ ਚੀਜ਼ ਜ਼ਰੂਰੀ ਹੈ ਜੇ ਤੁਸੀਂ ਉਹਨੂੰ ਮਨਾ ਕਰੋਗੇ ਨਾ ਤਾਂ ਤੁਸੀਂ ਸਮਝ ਲਿਓ ਕਿ ਯਾਰ ਮੈਂ ਨਹੀਂ ਮਨਾ ਕਰਦਾ ਪਿਆ, ਮੇਰੇ ਅੰਦਰ ਬੈਠਾ ਡੇਵਿਲ ਮਨਾ ਕਰਦਾ ਪਿਆ ਆ। ਅਤੇ ਤੁਸੀਂ ਇਹ ਸੋਚਣਾ ਕਿ ਮੈਂ ਡੇਵਿਲ ਵੱਲ ਦਾ ਹੋਣਾ ਜਾਂ ਮੈਂ ਫਰਿਸ਼ਤੇ ਵੱਲ ਦਾ ਹੋਣਾ। ਤੁਸੀਂ ਫਰਿਸ਼ਤੇ ਨੂੰ ਰੱਬ ਦਾ ਨਾਮ ਦੇ ਦਿਉ, ਸ਼ੈਤਾਨ ਤਾਂ ਸ਼ੈਤਾਨ ਹੀ ਆ, ਠੀਕ ਆ। ਭਾਵੇਂ ਰੱਬ ਕਹਿ ਲਓ, ਭਾਵੇਂ ਫਰਿਸ਼ਤਾ ਕਹਿ ਲਓ, ਭਾਵੇਂ ਏਂਜਲ ਕਹਿ ਲਓ, ਉਹਨੇ ਤੁਹਾਡੇ ਤੋਂ ਕੰਮ ਕਰਾਉਣਾ ਆ ਅਤੇ ਜਿਹੜਾ ਸ਼ੈਤਾਨ ਆ ਉਹਨੇ ਕੰਮ ਨੂੰ ਡਿਲੇਅ ਕਰਾਉਣਾ। ਅੱਜ ਦੀ ਵੀਡੀਓ ਇੱਥੇ ਆਪਾਂ ਕਲੋਜ਼ ਕਰਦੇ ਹਾਂ, ਮਿਲਾਂਗੇ ਜੀ ਅਗਲੀ ਵੀਡੀਓ ਦੇ ਨਾਲ। ਥੈਂਕ ਯੂ ਫੋਰ ਲਿਸਨਿੰਗ ਇਟ।